ਕਹਿੰਦੇ ਨੇ ਕਿ ਜਿਸ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਉਸ ਬਾਰੇ ਪਰਮਾਤਮਾ ਸਭ ਜਾਣਦਾ ਹੁੰਦਾ ਹੈ। ਪਰ ਲੱਗਦਾ ਹੈ ਕਿ ਲੋਕਾਂ ਨੂੰ ਤਾਂ ਹੁਣ ਰੱਬ ਦਾ ਵੀ ਡਰ ਨਹੀਂ ਰਿਹਾ। ਬੇਸ਼ੱਕ ਆਏ ਦਿਨ ਹੀ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ, ਪਰ ਹੁਣ ਜੋ ਮਾਮਲਾ ਸਾਹਮਣੇ ਆਇਆ ਹੈ ਉਸਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਦਰਅਸਲ ਦਿਨ ਦਿਹਾੜੇ ਇੱਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਕਹਿੰਦੇ ਨੇ ਕਿ ਚੋਰ ਇਹ ਨਹੀਂ ਦੇਖਦਾ ਕਿ ਉਹ ਕਿੱਥੇ ਚੋਰੀ ਕਰ ਰਿਹਾ ਹੈ, ਪਰ ਹੁਣ ਚੋਰਾਂ ਨੇ ਪਰਮਾਤਮਾ ਦਾ ਘਰ ਵੀ ਨਹੀਂ ਬਖਸ਼ਿਆ। ਦਰਅਸਲ ਇੱਕ ਮੰਦਿਰ ਤੋਂ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦਿਨ ਦਿਹਾੜੇ ਚੋਰ ਨੇ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ। ਦੱਸ ਦਈਏ ਕਿ ਚੋਰ ਦੁਪਹਿਰ ਦੇ ਸਮੇਂ ਮੰਦਿਰ 'ਚ ਦਾਖਲ ਹੋਇਆ ਤੇ ਗਣੇਸ਼ ਜੀ ਦੀ ਮੂਰਤੀ ਤੋਂ ਕਰੀਬ 300 ਗ੍ਰਾਮ ਚਾਂਦੀ ਦਾ ਮੁਕਟ ਚੋਰੀ ਕਰ ਉੱਥੋਂ ਫਰਾਰ ਹੋ ਗਿਆ। ਦਰਅਸਲ ਇਹ ਮਾਮਲਾ ਮੋਗਾ ਦੇ ਪਾਠਸ਼ਾਲਾ ਮੰਦਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਦੁਪਹਿਰ ਦੇ ਸਮੇਂ ਇੱਕ ਨੌਜਵਾਨ ਮੰਦਿਰ 'ਚ ਦਾਖਲ ਹੋਇਆ ਤੇ ਉਸਨੇ ਪਰਦੇ ਦੇ ਪਿੱਛੇ ਰਹਿ ਕੇ ਗਣੇਸ਼ ਜੀ ਦੀ ਮੂਰਤੀ ਤੋਂ ਤਾਜ ਚੋਰੀ ਕਰ ਲਿਆ ਅਤੇ ਉੱਥੋਂ ਰਫੂ ਚੱਕਰ ਹੋ ਗਿਆ। ਜਦੋਂ ਸ਼ਾਮ ਨੂੰ ਮੰਦਿਰ ਦੇ ਦਰਵਾਜ਼ੇ ਖੋਲ੍ਹੇ ਗਏ ਤਾਂ ਮੰਦਿਰ ਦੇ ਪੁਜਾਰੀ ਨੂੰ ਇਸ ਘਟਨਾ ਦਾ ਪਤਾ ਲੱਗਿਆ, ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਇਸ ਦੌਰਾਨ ਉਹਨਾਂ ਹੋਰ ਕੀ ਕੁਝ ਕਿਹਾ, ਆਓ ਸੁਣਦੇ ਹਾਂ। ਇਹ ਜੀ ਮੰਦਿਰ ਆਪਣਾ 12 ਵਜੇ ਤੋਂ ਲੈ ਕੇ ਅਤੇ ਸ਼ਾਮ ਨੂੰ 4 ਵਜੇ ਤੱਕ ਬੰਦ ਰਹਿੰਦੇ ਹੁੰਦੇ ਆ, ਪਟ ਬੰਦ ਹੋ ਜਾਂਦੇ ਆ। ਉਸ ਦੇ ਦੌਰਾਨ ਕੋਈ 3 ਵਜੇ ਬੰਦਾ ਆਇਆ ਅੰਦਰ, ਸਫਾਈ ਕਰਮਚਾਰੀ ਬਾਹਰ ਸਫਾਈ ਕਰ ਰਿਹਾ, ਉਹਨੇ ਵੀ ਅੰਦਰ ਜਾਂਦੇ ਹੋਏ ਦੇਖਿਆ ਉਹਨੂੰ, ਅਤੇ ਉਹ ਅੰਦਰ ਝਾਕਿਆ ਅਤੇ ਥੋੜ੍ਹੀ ਦੇਰ ਬਾਅਦ ਦੇਖਿਆ ਵੀ ਬੰਦਾ ਦੇਖਿਆ ਨਹੀਂ। ਉਸ ਬੰਦੇ ਨੇ ਜਦੋਂ ਦੇਖਿਆ ਸੀ ਆ, ਜਦੋਂ ਪਟ ਖੋਲ੍ਹੇ 4 ਵਜੇ, ਉਦੋਂ ਦੇਖਿਆ ਵੀ ਗਣੇਸ਼ ਜੀ ਦੇ ਮੁਕਟ ਹੈ ਨਹੀਂਗਾ। ਅਤੇ ਮੈਂ ਉਹਨਾਂ ਨੂੰ ਪੁੱਛਿਆ ਸਾਰਿਆਂ ਨੂੰ ਵੀ ਕੀ ਗੱਲ, ਕਿ ਮੁਕਟ ਕਿੱਧਰ ਗਿਆ, ਕਿੱਧਰ ਗਿਆ, ਕਿਹਦੀ ਡਿਊਟੀ ਸੀ ਇੱਥੇ, ਤੁਸੀਂ ਦੋ ਦੋ ਬੰਦਿਆਂ ਦੀ ਡਿਊਟੀ ਲਾਈ ਹੈ ਵੀ ਦੋ ਬੰਦੇ ਬੈਠਣਗੇ ਇੱਥੇ। ਅਤੇ ਉਹਨਾਂ ਬੰਦਿਆਂ ਨੂੰ ਮੈਂ ਦੇਖਿਆ ਅਤੇ ਬੰਦਿਆਂ ਨੂੰ ਪੁੱਛਿਆ, ਇੱਕ ਬੰਦਾ ਸੌ ਗਿਆ ਸੀਗਾ ਅਤੇ ਇੱਕ ਬੰਦਾ ਬੈਠਾ ਸੀਗਾ, ਉਹ ਮੋਬਾਈਲ ਦੇਖ ਰਿਹਾ ਸੀਗਾ, ਉਹਨੂੰ ਪਤਾ ਨਹੀਂ ਲੱਗਿਆ ਬੰਦਾ ਕਦੋਂ ਅੰਦਰ ਗਿਆ। ਅਤੇ ਉਹਨੇ ਬਸ ਜਾ ਕੇ ਉੱਧਰ ਪਰਿਕਰਮਾ ਹੈਗੀ ਹੈ, ਪਰਿਕਰਮਾ ਛੁਪ ਗਿਆ, ਥੋੜ੍ਹੀ ਦੇਰ ਬਾਅਦ ਆਣ ਕੇ ਮੁਕਟ ਖੋਲ੍ਹ ਕੇ ਅਤੇ ਜਾ ਚਲਿਆ ਗਿਆ ਆਪਣੇ। 2-3 ਮਿੰਟ ਦੇ ਵਿੱਚ ਸਾਰਾ ਕੰਮ ਉਹਨੇ ਕਰ ਲਿਆ। ਸਫਾਈ ਕਰਨ ਵਾਲੀ ਸਫਾਈ ਕਰ ਰਿਹਾ ਸੀ, ਗੇਟ ਖੁੱਲ੍ਹਾ ਸੀ ਨਾ, ਉਹਦਾ ਧਿਆਨ ਨਹੀਂ ਸੀ ਵੀ ਅੰਦਰ ਗਿਆ ਬੰਦਾ, ਇਹ ਜਿਵੇਂ ਹੁਣ ਕਰ ਰਿਹਾ ਸਫਾਈ। ਦੇਖੋ ਸੀਸੀਟੀਵੀ ਵਿੱਚ ਉਹ ਇੰਨਾ ਕੀ ਆਇਆ, ਉਹ ਕੈਮਰਾ ਥੋੜ੍ਹਾ ਜਿਹਾ ਟੇਢਾ ਸੀਗਾ, ਕੈਮਰਾ ਪੂਰਾ ਨਹੀਂ ਉੱਥੇ ਗਿਆ। ਅਤੇ ਉਹ ਨਾ ਮਤਲਬ ਮੰਦਿਰ ਦੇ ਬਰਾਬਰ ਖੜ੍ਹਾ ਹੋ ਕੇ ਉਹਨੇ ਪਰਦੇ ਵਿੱਚ ਦੀ ਹੱਥ ਪਾ ਕੇ, ਪਰਦਾ ਲੱਗਿਆ ਹੋਇਆ ਅੱਗੇ, ਪਰਦਾ ਨਹੀਂ ਖੋਲ੍ਹਿਆ ਉਹਨੇ, ਪਰਦੇ ਦੇ ਵਿੱਚ ਦੀ ਹੱਥ ਪਾ ਕੇ ਅਤੇ ਉਹਨੇ ਮੁਕਟ ਖੋਲ੍ਹਿਆ ਅਤੇ ਲੈ ਗਿਆ। ਉਹ ਗ੍ਰਾਮ ਦਾ ਹੋ ਗਿਆ ਕੋਈ 250 ਗ੍ਰਾਮ ਦਾ। ਹਾਂਜੀ ਉਹ ਕਰਾਤੀ ਸੀ, ਪੁਲਿਸ ਰਿਪੋਰਟ ਕਰਾਤੀ ਹੈ। ਮੋਗਾ ਤੋਂ ਸੰਜੀਵ ਅਰੋੜਾ ਦੀ ਰਿਪੋਰਟ, ਰੰਗਲਾ ਟੀਵੀ।